ਅਸਲਾਮੁਅਲੈਕੁਮ ਦੋਸਤੋ ਸੱਜਣੋ, ਕਿਆ ਹਾਲ ਹੈ? ਠੀਕ ਠਾਕ ਕਿਵੇਂ? ਮੈਂ ਉਮੀਦ ਕਰੇ ਨਾ ਤੁਸੀਂ ਠੀਕ ਹੋ ਸੋ। ਤਾਂ ਦੋਸਤੋ, ਅੱਜ ਅਸਾਂ ਵਹਿੰਦੇ ਪਏ ਹਾਂ ਥਾਣਾ ਜੱਲਾ ਰਹੀ। ਸਾਡੇ ਪਿਆਰੇ ਦੋਸਤ ਹਨ ਜਨਾਬ ਮਲਿਕ ਜ਼ਫਰ ਮੂਹੜ ਸਾਹਿਬ। ਉਹਨਾਂ ਕੋ ਡਬਲ ਡਬਲ ਮੁਬਾਰਕਬਾਦ ਦੇਵਣ ਵਾਸਤੇ ਕਿ ਇੱਕ ਤਾਂ ਉਮਰਾ ਕਰਕੇ ਹਨ, ਉਹਦੇ ਨਾਲ ਦੂਜਾ ਉਹਨਾਂ ਕੋ ਮਾਸ਼ਾਅੱਲਾ ਦੂਜਾ ਫੁੱਲ ਵੀ ਲੱਗ ਗਏ। ਤਾਂ ਅੱਲਾਹ ਪਾਕ ਉਹਨਾਂ ਕੋ ਸਬ ਇੰਸਪੈਕਟਰ ਪ੍ਰਮੋਟ ਕਰਾਏ, ਔਰ ਅੱਲਾਹ ਕਰੇ ਹਮੇਸ਼ਾ ਸਲਾਮਤ ਰਵਨ। ਤੇ ਉਹਨਾਂ ਦਾ ਗਿੱਲਾ ਹਾਈ ਪਿਆ ਕਿ ਨਦੀਮ ਭਾਈ ਤੁਸਾਂ ਮੇਰੇ ਕੋ ਮਿਲਣ ਨਹੀਂ ਆਏ, ਨਾ ਮੇਰੇ ਕੋ ਉਮਰੇ ਦੀ ਮੁਬਾਰਕਬਾਦ ਦੇਵਣ ਆਉਂਦੇ ਪਏ, ਤੇ ਨਾ ਹੀ ਤੁਸਾਂ ਮੈਂ ਸਬ ਇੰਸਪੈਕਟਰ ਪ੍ਰਮੋਟ ਥਿਆ, ਨਾ ਹੀ ਤੁਸਾਂ ਉਹ ਮੇਰੇ ਮੁਬਾਰਕਬਾਦ ਦੇਵਣ ਆਏ। ਤੇ ਅਸਾਂ ਹੁਣ ਵਹਿੰਦੇ ਪਏ ਹਾਂ ਥਾਣਾ ਜੱਲੇ, ਤੇ ਮਜ਼ੀਦ ਉੱਥਾਂ ਵੇਸੂ ਵੱਲ ਤੱਕ ਵੱਟ ਛੱਟ ਲਵੇ ਸੀ ਉਹਨਾਂ ਨਾਲ। ਬਾਕੀ ਅੱਲਾਹ ਪਾਕ ਤੱਕ ਸਲਾਮਤ ਰੱਖੇ ਦੋਸਤੋ, ਅੱਗਾ ਵੱਜ ਕੇ ਮਜ਼ੀਦ ਤੱਕ ਵਲਾ ਮਿਲਦੇ ਨੇ। ਦੋਸਤੋ, ਅਸਾਂ ਪਹੁੰਚ ਗਏ ਹਾਂ ਥਾਣਾ ਜੱਲਾ ਰਾਹੀਂ, ਤੇ ਹੁਣ ਅਸਾਂ ਐਂਟਰੀ ਮਰਦੇ ਪਏ ਹਾਂ ਅੰਦਰ, ਤੇ ਵਹਿੰਦੇ ਮਲਿਕ ਸਾਹਿਬ ਮਿਲਦੇ ਹੈ। ਮਲਿਕ ਜ਼ਫਰ ਪੂਹੜ ਸਾਹਿਬ ਕੋਈ ਇਤਲਾਹ ਮਿਲ ਗਈ ਹੈ, ਮੇਰਾ ਵੀਰਾ ਆ ਕੇ ਬੜਾ ਖੁਸ਼ ਥਿਆ ਬੈਠੇ ਅੰਦਰ ਵੇਟ ਕਰੇ ਦਾ ਪਏ ਸਾਡਾ। ਤੇ ਮਜ਼ੀਦ ਬਾਅਦ ਛੱਡ ਲੈਣੇ ਵੱਲ ਜਸਕੇ ਚਵੇ ਨੇ ਅੰਦਰ, ਤੇ ਅੰਦਰੂਨੀ ਮਨਾ ਦੇ ਰੋਣ। ਮਾਸ਼ਾਅੱਲਾ ਥਾਲਾ ਜੱਲਾ ਰਹੀ ਬੜਾ ਖੂਬਸੂਰਤ ਬਣਾ ਦਿੱਤਾ ਗਿਆ, ਬੜਾ ਮਾਸ਼ਾਅੱਲਾ ਕੰਮ ਚੰਗੀ ਥੀਂਦਾ ਪਏ। ਬਹੁਤ ਸ਼ੁਕਰੀਆ। ਅਸਾਂ ਪਹੁੰਚ ਗਏ ਹਾਂ ਆਪਣੇ ਪਿਆਰੇ ਦੋਸਤ, ਮੇਰੇ ਇੰਤਹਾਈ ਕਾਬਲ ਇਹਤਰਾਮ, ਉਮਰੇ ਤੋਂ ਵੀ ਵਾਪਸੀ ਥੀ ਗਈ, ਔਰ ਮਾਸ਼ਾਅੱਲਾ ਡਬਲ ਡਬਲ ਮੁਬਾਰਕਬਾਦ ਦੇ ਵੱਲ। ਤੇ ਅਸਾਂ ਉਹਨਾਂ ਦੇ ਕਮਰੇ ਦੇ ਵਿੱਚ ਦਾਖਲ ਥੀਂਦੇ ਪਏ ਹਾਂ, ਔਰ ਸਬ ਇੰਸਪੈਕਟਰ ਵੀ ਪ੍ਰਮੋਟ ਥੀ ਗਏ ਮਾਸ਼ਾਅੱਲਾ। ਅਸਲਾਮੁਅਲੈਕੁਮ ਜਨਾਬ ਮਲਿਕ ਸਾਹਿਬ, ਕੀ ਹਾਲ ਹੈ? ਠੀਕ ਠਾਕ ਹੋ? ਖੈਰੀਅਤ ਹੈ? ਤਬੀਅਤ ਸਿਹਤ ਠੀਕ ਹੈ? ਖੈਰੀਅਤ ਨਾਲ ਹੀ ਹੈ। ਅਸਗਰ ਭਾਈ, ਉਹ ਮੈਂ ਕੁਹਾਰ ਦਿਓ ਸਹੀ, ਚਾਹੋ ਅਸਾਂ ਆਪਣੇ ਵਿਰਾਹ ਕੋ ਪਵਾਉਂ। ਵਜਾ ਇਹ ਡਬਲ ਤੱਕ ਮੁਬਾਰਕਬਾਦ ਹੋਵੇ, ਸਾਨੂੰ ਬੜੀ ਖੁਸ਼ੀ ਥਈ ਹੈ। ਅੱਲਾਹ ਤਾਲਾ ਜਲੇ ਰਾਜ਼ੀ ਥੀਂਦੇ ਨਾ, ਉਹ ਅਲੀ ਮੈਂ ਥੀਂਦੇ ਪਿਆਰੇ ਹਬੀਬ ਦੇ ਸਦਕੇ। ਮਾਸ਼ਾਅੱਲਾ, ਇੱਕ ਤੁਸਾਂ ਉਮਰੇ ਦੇ ਥੀ ਆਵੇ, ਮਾਸ਼ਾਅੱਲਾ ਉਹਦੇ ਨਾਲ ਵਾਪਸੀ ਆਵਣ ਤੋਂ ਬਾਅਦ ਅੱਲਾਹ ਪਾਕ ਨੇ ਬੜਾ ਇਹਸਾਨ ਕੀਤਾ, ਤੁਹਾਨੂੰ ਦੂਜਾ ਫੁੱਲ ਹੀ ਲਵਾ ਲਿੱਤੇ। ਔਰ ਅਕਸਰ ਮੈਂ ਤੁਹਾਡੇ ਕੋਲ ਪੁੱਛਦਾ ਕਿ ਮਲਿਕ ਸਾਹਿਬ ਤੁਹਾਨੂੰ ਦੂਜਾ ਫੁੱਲ ਕਰਨ ਲੱਗ ਸੀ, ਤੁਸਾਂ ਦਿਓ ਯਾਰ, ਦੁਆ ਕਰ ਅੱਲਾਹ ਕਰੇ। ਮੈਂ ਆਦਮ ਵਿਆਹ ਜੀ ਸਾਹਿਬ ਦੀ ਵਜ੍ਹਾ ਤੋਂ ਇੱਕ ਰੇਲਾ ਆਇਆ ਕਰੇ, ਅੱਲਾਹ ਕਰੇ ਸਾਡਾ ਵੀਰਾ ਵੀ ਪ੍ਰਮੋਟ ਕੀ ਵਜੇ, ਔਰ ਸਾਡੀ ਮੈਂ ਦੁਆ ਕਰੇ ਨਾਮ ਕੇ ਅਸਾਂ ਵੀ ਆਪਣੇ ਭਾਈ ਕੋ ਐਸ ਐਚ ਓ ਦੇਖੋ ਬਹੁਤ ਜਲਦੀ, ਔਰ ਸਾਡੀਆਂ ਦੁਆਵਾਂ ਹੈ ਇਨਸ਼ਾਅੱਲਾ। ਅਸਲਾਮ ਅਲੈਕੁਮ ਨਦੀਮ ਭਾਈ, ਠੀਕ ਹੋ? ਇਹ ਵੀ ਸਾਡੇ ਦੋਸਤ ਹਨ ਪਏ, ਸਾਡੇ ਭਾਈ ਹਨ, ਇਹ ਵੀ ਕੁਦਰਤੋਂ ਇੱਥਾਂ ਮੈਂ ਬਰੀਠੇ ਨੇ, ਬੜੇ ਖੁਸ਼ ਹਨ ਔਰ ਆ ਗਏ ਸਾਡੇ ਨਾਲ, ਔਰ ਮਲਿਕ ਸਾਹਿਬ ਦੇ ਰੂਮ ਦੇ ਵਿੱਚ, ਔਰ ਮਲਿਕ ਸਾਹਿਬ ਦੀ ਬੜੀ ਮੁਹੱਬਤ ਹੈ, ਔਰ ਬੜੇ ਖੁਸ਼ ਥੇ ਕਰਨ ਕੇ ਨਦੀਮ ਭਾਈ ਇਤਨਾ ਸਫ਼ਰ ਕਰਕੇ, ਔਰ ਸਾਡਾ ਤਾਂ ਇਹ ਭਾਈ ਸਾਡੀ ਸਾਕੂ ਹੈ ਦਿਲੀ ਮੁਹੱਬਤ। ਮਜ਼ੀਦ ਗੱਪ ਸ਼ੱਪ ਲੈਣੇ ਆ ਵੱਲ ਤੱਕ, ਅੱਗਾ ਹਾਲ ਹਵਾਲ ਔਰ ਮਲਿਕ ਸਾਹਿਬ ਨਾਲ ਸੁਣੇ। ਮਲਿਕ ਸਾਹਿਬ ਸੁਣਾਓ, ਕਿਵੇਂ ਕੀ ਹੋਏ? ਸ਼ੁਕਰ ਅਲਹਮਦੁਲਿਲਾਹ, ਅੱਲਾਹ ਤਾਲਾ ਤੁਹਾਨੂੰ ਮਨਜ਼ੂਰੀ ਹੋਈ ਹੈ। ਅੱਛਾ, ਮਾਸ਼ ਲੈ ਗਏ ਜੀ ਇੱਥੇ, ਕਿ ਗੁਰਦਾਰ ਦੇ ਬੰਦੇ ਅੱਜ ਅੱਲਾਹ ਤਾਲਾ ਨੇ ਕਿਹੜਾ ਐਸਾ ਸਾਰਾ ਕਿ ਅੱਛਾ ਹੀ ਪਸੰਦ ਹੈ, ਇਹ ਜਾਂ ਕੋਈ ਸਾਰਾ ਐਸਾ ਨਾਜ਼ ਪਸੰਦ ਹੈ ਜਿਹੜਾ ਅੱਲਾਹ ਤਾਲਾ ਸਭ ਆਪਣੇ ਘਰ ਲੈ ਗਏ। ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਕਸਰ ਮੈਂ ਤੁਹਾਡੀ ਇੱਕ ਸ਼ਾਇਦ ਬਈ ਦੇਦਾਂ ਥਾਣੇ ਦੇ ਵਿੱਚ, ਕੋਈ ਗਰੀਬ ਮਜ਼ਲੂਮ ਆਵੇ ਆ ਤੁਸਾਂ ਦਿਲ ਨਾਲ ਬਿਲਕੁਲ ਇਵੇਂ ਆਵੇ, ਬਿਲਕੁਲ ਇਵੇਂ, ਔਰ ਉਹਦਾ ਖਿਆਲ ਰੱਖਦੇ ਆਵੇ, ਜੋ ਥੀਵੇ ਉਹਨਾਂ ਦੀ ਕਿ ਹਸਬੇ ਤੋਫੀਕ ਉਹਨਾਂ ਨੂੰ ਜੇ ਵਿੱਚ ਖਿਦਮਤ ਵੀ ਕਰ ਲੈਣੀ, ਲੇਕਿਨ ਅੱਲਾਹ ਪਾਕ ਨੇ ਬੜਾ ਇਹਸਾਨ ਕੀਤਾ। ਇਹਦੇ ਕੋਈ ਸ਼ੱਕ ਨਹੀਂ, ਬਿਲਕੁਲ ਇਵੇਂ ਆਈ। ਮੈਂ ਹੁਣ ਵੀ ਇਨਸ਼ਾਅੱਲਾ ਤਾਲਾ ਜਿਹੜੀ ਉਸ ਸਭ ਤੋਂ ਬਲੀ ਸੀ, ਗਰੀਬ ਆਦਮੀ ਆਵੇ ਤੇ ਗਰੀਬ ਮਜ਼ਲੂਮ ਵਾਸਤੇ ਜਿਤਨੇ ਹੋ ਸਕੇ ਮੈਂ ਬਿਲਕੁਲ। ਮਾਸ਼ਾਅੱਲਾ ਦੋਸਤੋ, ਮਜ਼ੀਦ ਗੱਪ ਸ਼ੱਪ ਲਵੇਂਦੇ ਅੱਗਾ ਤੋਂ ਵੱਲ ਤੋਂ ਹਾਲ ਫਰਮਾਇਸ਼ ਕੀਤੀ ਨੇ, ਕਿਆ ਪਸੰਦ ਕਰੇ ਸੋ? ਮੈਂ ਕਿਹਾ ਜੀ ਤੁਹਾਡੇ ਪਾਸ ਦੇਸੀ ਅਲਵੇ ਸੀ ਸੌਗਾਤ, ਉਹਨਾਂ ਦੀ ਮੁਹੱਬਤ ਸਹੀ ਮਿਹਰਬਾਨੀ, ਤੇ ਮੈਂ ਕਿਹਾ ਜੀ ਉਹ ਅਸਾਂ ਦੇਸੀ ਘਿਓ ਵਾਲਾ ਹਲਵਾ ਖਾ, ਔਰ ਮਾਸ਼ਾਅੱਲਾ ਡੱਬੇ ਨੂੰ ਕਈ ਪਿਆਰ ਤਲੇ ਕੱਢ ਕੇ ਰੱਖੇ ਨੇ, ਤੁਹਾਡੇ ਵਾਸਤੇ ਸਪੈਸ਼ਲ ਮੰਗਵਾਏ ਨੇ। ਇਹ ਨਾ ਬੋ ਇਤਨਾ ਸੁਭਾਵ ਯਾਰ, ਜਨਾਬ ਨੇ ਆ ਕੇ ਜੀ ਮੈਂ ਆਦਾ ਮਿਲ, ਦੇਖ ਉਹਨਾਂ ਦੀ ਮੁਹੱਬਤ ਤੇ ਬਲੇ ਸਾਹਿਬ ਨੂੰ ਵਾਰ ਕਰਦੇ ਇਹ ਵੀ ਮੰਗਾ ਰੱਖੇ ਨੇ, ਆਪ ਸੁਣੀ ਨਾਲ ਕੰਨੇ ਨੇ ਦੇ ਦੋਸਤ ਵੀ ਕਾਫੀ ਆਏ ਕਰੇ, ਉਹ ਵੀ ਮਾਸ਼ਾਅੱਲਾ ਖਾਂਦੇ ਪਏ। ਮੁਬਾਰਕਬਾਦ ਦਾ ਸਿਲਸਿਲਾ ਜਿਹੜਾ ਹੈ ਨਾ, ਮੁਸਲਸਲ ਲਿਖਾ ਜਾਰੀ ਹੈ ਪਿਆ, ਔਰ ਇਹਨਾਂ ਦੀ ਮੁਹੱਬਤ ਇਹਨਾਂ ਦੀ ਅਜ਼ਮਤ ਨੂੰ ਸਲਾਮ ਪੇਸ਼ ਕਰਦੇ ਹਾਂ। ਦੋਸਤੋ, ਥੋੜ੍ਹਾ ਜਿਹਾ ਰੁਕ ਗਿਆ ਸੀ ਸਾਡੇ ਪਿਆਰੇ ਭਾਈ ਦਿਲਸ਼ਾਦ ਸਾਹਿਬ, ਮਾਸ਼ਾਅੱਲਾ ਇਹ ਐਸੇ ਪ੍ਰਮੋਟ ਥੇ, ਤੇ ਪਤਾ ਲੱਗੇ ਕਿ ਮਲਿਕ ਜ਼ਫਰ ਪੂਹੜ ਸਾਹਿਬ ਦੇ ਕਮਰੇ ਦੇ ਵਿੱਚ ਨੂਹੇ ਬੰਬਰ ਸ਼ੇਰ ਕਿੱਥੇ ਰਹਿੰਦੇ ਪਏ, ਤੇ ਅਸਾਂ ਹੁਣ ਆਏ ਇਹਨਾਂ ਦਾ ਵੇਟ ਕੀਤੇ ਸੀ, ਆ ਗਏ ਮਾਸ਼ਾਅੱਲਾ, ਹੁਣ ਮਿਲ ਗਏ ਸੀ, ਬੜੀ ਖੁਸ਼ੀ ਥਈ ਹੈ, ਮੁਬਾਰਕਬਾਦ ਦਿੱਤੀ ਸੀ ਦੋਹਾਂ ਭਾਈਆਂ ਨੂੰ। ਤੇ ਹੁਣ ਇੱਕ ਤਾਂ ਫਜ਼ੀਲ ਥੀਂਦੇ ਪਿਆ ਵੀਡੀਓ ਦੀ ਖਤਮ ਕਰੇ ਦੇ ਪਏ, ਮੈਂ ਕਿ ਵੱਲ ਇੱਕ ਦਫ਼ਾ ਵੱਲ ਦੋਸਤਾਂ ਨੂੰ ਆਖ, ਮਲਿਕ ਸਾਹਿਬ ਕੋਈ ਮੈਂ ਪੈਗਾਮ ਮੈਸੇਜ ਦੇਣਾ ਚਾਹਾਂ ਆਪਣੀ ਤਰੱਕੀ ਦੇ ਬਾਰੇ, ਅੱਲਾਹ ਪਾਕ ਤੋਂ ਉਮਰੇ ਦੇ ਵੀ ਸਾਡੇ ਕੋਈ ਦੋਸਤਾਂ। ਬਸ ਮੈਂ ਇਹ ਕਿਸੇ
ہر مظلوم آدمی کی مدد کرنی چاہیے، ظالم کا ساتھ نہیں دینا چاہیے، مظلوم کی مدد کرو اور اللہ تعالیٰ انشاء اللہ تعالیٰ اپنے آپ ہی رستے کھولے سی. دلشاد بھائی تسا کیا آخو؟ جی اسیں بالکل باپو اللہ پاک ماشاءاللہ مدد کرنی چاہیے مظلوماں دی، بالکل جڑے ظالم انہاں دے شکنجہ تنگ کرنا چاہیے بالکل. بار بار اللہ پاک انہاں کو اپنا گھر دکھاوے، ساری دعا ہے اللہ پاک ساتھ بھی دکھاوے. ہوں اپنے میزبان ندیم پیر زیادہ دے سو اجازت، ان شاء اللہ مل سو اگلے ولاد کے نال. اللہ حافظ.